ਹੁਣ ਆਪਣੇ ਕੋਲ ਨੈਕਸਟ ਟੌਪਿਕ ਹੈਗਾ BRS, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੈਂਕ ਰੀਕਨਸਲੇਸ਼ਨ ਸਟੇਟਮੈਂਟ। ਬੈਂਕ ਰੀਕਨਸਲੇਸ਼ਨ ਸਟੇਟਮੈਂਟ ਦਾ ਮਤਲਬ ਕੀ ਹੈ? ਰੀਕਨਸਲੇਸ਼ਨ ਦਾ ਮਤਲਬ ਕੀ ਹੈ? ਰੀਕਨਸਲੇਸ਼ਨ ਮੀਨਸ ਹੈ ਮੈਚ ਕਰਨਾ, ਠੀਕ ਹੈ, ਮਿਲਾਨ ਕਰਨਾ। ਤਾਂ ਹੁੰਦਾ ਕੀ ਹੈ ਐਕਚੁਅਲ ਦੇ ਵਿੱਚ, ਕਿ ਜਿਵੇਂ ਆਪਾਂ ਪਿੱਛੇ ਪੜਿਆ ਕਿ ਆਪਾਂ ਬਿਜ਼ਨਸ ਦੇ ਵਿੱਚ ਕੀ ਕਰਦੇ ਹਾਂ, ਕੈਸ਼ ਬੁੱਕ ਮੇਨਟੇਨ ਕਰਦੇ ਹਾਂ, ਠੀਕ। ਟ੍ਰਿਪਲ ਕੋਲਮ ਕੈਸ਼ ਬੁੱਕ ਪੜ੍ਹੀ ਆਪਾਂ, ਟ੍ਰਿਪਲ ਕੋਲਮ ਕੈਸ਼ ਬੁੱਕ ਦੇ ਵਿੱਚ ਆਪਾਂ ਬੈਂਕ ਦਾ ਕੋਲਮ ਵੀ ਮੇਨਟੇਨ ਕਰਦੇ ਹਾਂ। ਯਾਨੀ ਆਪਾਂ ਦੇਖਦੇ ਹਾਂ ਕਿ ਆਪਾਂ ਕਿੰਨਾ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਾ ਕੇ ਆਏ ਹਾਂ, ਕਿੰਨਾ ਪੈਸਾ ਆਪਾਂ ਬੈਂਕ ਦੇ ਵਿੱਚੋਂ ਵਿਦਡਰਾਅ ਕਰਾ ਲਿਆ ਹੈਗਾ, ਜਾਂ ਕਿਸੇ ਨੂੰ ਚੈੱਕ ਦੇ ਥਰੂ ਪੇਮੈਂਟ ਕੀਤੀ ਹੈਗੀ ਹੈ, ਤਾਂ ਬੈਂਕ ਦੇ ਵਿੱਚੋਂ ਨਿਕਲ ਕੇ ਹੋਊਗੀ ਇਹ ਪੇਮੈਂਟ, ਹੈ ਨਾ। ਇਹ ਚੀਜ਼ਾਂ ਆਪਾਂ ਕੀ ਕਰਦੇ ਹਾਂ, ਆਪਣੀ ਟ੍ਰਿਪਲ ਕੋਲਮ ਕੈਸ਼ ਬੁੱਕ ਦੇ ਵਿੱਚ ਕੀ ਕਰਦੇ ਹਾਂ, ਰਿਕਾਰਡ ਕਰਦੇ ਹਾਂ। ਤਾਂ ਹੁੰਦਾ ਕੀ ਹੈ ਕਿ ਜੋ ਬਿਜ਼ਨਸ ਹੈ ਉਹ ਆਪਣੇ ਕੋਲ ਕੀ ਕਰਦਾ ਹੈ, ਕੈਸ਼ ਬੁੱਕ ਮੇਨਟੇਨ ਕਰਦਾ, ਕੈਸ਼ ਬੁੱਕ ਮੇਨਟੇਨ ਕਰਦਾ, ਔਰ ਜੋ ਕੁਛ ਵੀ ਰਿਕਾਰਡ ਕਰਨਾ ਹੈਗਾ ਉਹਦੇ ਵਿੱਚ ਰਿਕਾਰਡ ਕਰਦਾ ਰਹਿੰਦਾ। ਜੇਕਰ ਅਸੀਂ ਬੈਂਕ ਦੇ ਨਾਲ ਕਿਸੇ ਤਰੀਕੇ ਨਾਲ ਵੀ ਡੀਲ ਕਰ ਰਹੇ ਹਾਂ, ਬੈਂਕ ਦੇ ਵਿੱਚ ਬਿਜ਼ਨਸ ਦੇ ਨਾਮ ਦਾ ਕੀ ਖੁਲਵਾਇਆ ਹੋਇਆ, ਆਪਾਂ ਖਾਤਾ ਖੁਲਵਾਇਆ ਹੋਇਆ, ਤਾਂ ਬੈਂਕ ਵੀ ਕੀ ਕਰੇਗਾ, ਉਹਨਾਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰੇਗਾ। ਆਪਾਂ ਕੋਈ ਚੈੱਕ ਬੈਂਕ ਨੂੰ ਜਮ੍ਹਾਂ ਕਰਾ ਕੇ ਆਏ ਹੈਗੇ ਹਾਂ, ਤਾਂ ਆਪਾਂ ਆਪਣੇ ਕੋਲ ਵੀ ਲਿਖਾਂਗੇ ਕਿ ਭਾਈ ਆਪਾਂ ਚੈੱਕ ਲਗਾ ਕੇ ਆਏ ਹਾਂ ਬੈਂਕ ਦੇ ਵਿੱਚ ਇੰਨਾ, ਔਰ ਜਦੋਂ ਉਹ ਚੈੱਕ ਕਲੀਅਰ ਹੋ ਜੂਗਾ ਤਾਂ ਬੈਂਕ ਸਾਡੇ ਖਾਤੇ ਦੇ ਵਿੱਚ ਜਮ੍ਹਾਂ ਵੀ ਕਰੂਗਾ, ਤਾਂ ਬੈਂਕ ਵੀ ਰਿਕਾਰਡ ਕਰੂਗਾ ਅਤੇ ਆਪਾਂ ਵੀ ਰਿਕਾਰਡ ਕਰਾਂਗੇ। ਨੋਰਮਲੀ ਕੀ ਹੁੰਦਾ ਹੈ, ਜਿਵੇਂ ਆਪਾਂ ਸੇਵਿੰਗ ਅਕਾਊਂਟ ਖੁਲਵਾ ਲੈਂਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਕੀ ਮਿਲ ਜਾਂਦੀ ਹੈ, ਪਾਸਬੁੱਕ ਮਿਲ ਜਾਂਦੀ ਹੈ, ਠੀਕ ਹੈ। ਤਾਂ ਹੁੰਦਾ ਕੀ ਹੈ, ਆਪਾਂ ਮੰਨ ਲਓ ਸਪੋਜ਼ ਕਰੋ, ਜਿਵੇਂ ਆਪਣੇ ਘਰਾਂ 'ਚ ਵੀ ਦੇਖਦੇ ਹਾਂ ਆਪਾਂ ਕੈਸ਼ ਜਮ੍ਹਾਂ ਕਰਾਇਆ, ਸਪੋਜ਼ ਕਰੋ, ਤਾਂ ਪਾਸਬੁੱਕ ਲੈ ਕੇ ਜਾਂਦੇ ਹਾਂ ਆਪਾਂ ਬੈਂਕ ਦੇ ਵਿੱਚ, ਆਪਾਂ ਖੁਦ ਨਹੀਂ ਲਿਖ ਸਕਦੇ ਪਾਸਬੁੱਕ ਦੇ ਵਿੱਚ ਕੁਛ, ਆਪਾਂ ਬੈਂਕ ਤੋਂ ਲਿਖਵਾਉਂਦੇ ਜਾ ਕੇ ਕਿ ਜੀ ਐਂਟਰੀ ਪਾਸ ਆਊਟ ਕਰ ਦਿਓ ਇਹਦੇ ਵਿੱਚ, ਜਮ੍ਹਾਂ ਕਰਵਾਇਆ ਅਸੀਂ ਪੈਸੇ, ਜਾਂ ਵਿਦਡਰਾਅ ਕਰਾਉਂਦੇ ਤਾਂ ਵੀ ਆਪਾਂ ਕਹਿੰਦੇ ਐਂਟਰੀ ਪਾਸ ਆਊਟ ਕਰ ਦਿਓ ਇਹਦੇ ਵਿੱਚ। ਤਾਂ ਇਹਦਾ ਮਤਲਬ ਇਹ ਹੈ ਕਿ ਪਾਸਬੁੱਕ ਦੇ ਵਿੱਚ ਜਰਨਲ ਐਂਟਰੀਆਂ ਜੋ ਹੈ ਉਹ ਕੌਣ ਰਿਕਾਰਡ ਕਰਦਾ, ਬੈਂਕ, ਔਰ ਕੈਸ਼ਬੁੱਕ ਦੇ ਵਿੱਚ ਆਪਾਂ ਰਿਕਾਰਡ ਕਰਦੇ ਹਾਂ, ਯਾਨੀ ਕਿ ਬਿਜ਼ਨਸ, ਠੀਕ। ਹੁਣ BRS ਦੀ ਲੋੜ ਕਦੋਂ ਪੈਂਦੀ ਹੈਗੀ ਹੈ, ਇੱਕ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਜੇਕਰ ਆਪਾਂ ਦੇਖ ਕੇ ਚੱਲੀਏ ਤਾਂ ਬਿਜ਼ਨਸ ਕੀ ਕਰਦਾ ਹੈਗਾ, ਬਹੁਤ ਸਾਰੀਆਂ ਟ੍ਰਾਂਜੈਕਸ਼ਨਾਂ ਕਰਦਾ ਹੈ, ਠੀਕ ਹੈ, ਨੰਬਰ ਆਫ ਟ੍ਰਾਂਜੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਤਾਂ ਕਿਤੇ ਨਾ ਕਿਤੇ ਟਾਈਮ ਟੂ ਟਾਈਮ ਮੈਚਿੰਗ ਕਰਨੀ ਕੀ ਹੋ ਜਾਂਦੀ ਹੈ, ਜ਼ਰੂਰੀ ਹੋ ਜਾਂਦੀ ਹੈ। ਇੱਕ ਦਿਨ ਦੇ ਵਿੱਚ ਹੀ ਬਿਜ਼ਨਸ ਦੇ ਵਿੱਚ ਪਤਾ ਨਹੀਂ ਕਿੰਨੇ ਚੈੱਕ ਆਉਣਗੇ ਅਤੇ ਕਿੰਨੇ ਹੀ ਚੈੱਕ ਇਸ਼ੂ ਕੀਤੇ ਜਾਣਗੇ ਇੱਕ ਦਿਨ ਦੇ ਵਿੱਚ, ਠੀਕ ਹੈ। ਤਾਂ ਉਹ ਨੰਬਰ ਆਫ ਚੈੱਕਸ ਦੀ ਕਾਊਂਟਿੰਗ ਜ਼ਿਆਦਾ ਹੋਣ ਦੇ ਕਰਕੇ ਜੇਕਰ ਆਪਾਂ ਮੈਚ ਨਾ ਕਰੀਏ ਉਹਨਾਂ ਨੂੰ, ਜੇ ਮੰਨ ਲਓ ਹਫ਼ਤੇ ਬਾਅਦ, 10 ਦਿਨਾਂ ਬਾਅਦ, 15 ਦਿਨ ਬਾਅਦ, ਜਾਂ ਮਹੀਨੇ ਮਹੀਨੇ ਦੇ ਵਿੱਚ, ਆਪਾਂ ਨੂੰ ਜ਼ਰੂਰੀ ਹੋ ਜਾਂਦਾ ਕਿ ਆਪਾਂ ਬੈਂਕ ਤੋਂ ਰਿਕਾਰਡ ਚੱਕ ਲਈਏ ਕਿ ਭਾਈ ਬੈਂਕ ਨੇ ਕੀ ਕੁਛ ਲਿਖਿਆ ਹੋਇਆ ਅਤੇ ਅਸੀਂ ਕੀ ਕੁਛ ਲਿਖਿਆ ਹੋਇਆ, ਇਹ ਆਪਸ ਦੇ ਵਿੱਚ ਮੈਚ ਕਰ ਰਹੇ ਕਿ ਨਹੀਂ ਕਰ ਰਹੇ ਹੈਗੇ ਆ। ਕਿਉਂਕਿ ਜੇ ਅਸੀਂ ਬਹੁਤ ਜ਼ਿਆਦਾ ਟਾਈਮ ਗੈਪ ਪਾ ਦਾਂਗੇ ਉਹਦੇ ਵਿੱਚ ਤਾਂ ਉਹ ਸਾਡਾ ਹੀ ਨੁਕਸਾਨ ਹੈ ਉਸ ਕੇਸ 'ਚ ਬਿਜ਼ਨਸ ਦਾ, ਠੀਕ। ਮੰਨ ਲਓ ਆਪਾਂ ਚੈੱਕ ਲਾ ਕੇ ਆਏ ਸੀ, ਜਮ੍ਹਾਂ ਕਰਾ ਕੇ ਆਏ ਸੀਗੇ ਚੈੱਕ, ਠੀਕ, ਆਪਾਂ ਪਤਾ ਹੀ ਨਹੀਂ ਲਿੱਤਾ ਉਸ ਦਾ ਬਾਅਦ ਦੇ ਵਿੱਚ ਕਿ ਭਾਈ ਉਹ ਜਮ੍ਹਾਂ ਹੋਇਆ ਹੈ ਕਿ ਨਹੀਂ ਹੋਇਆ ਹੈਗਾ, ਉਹ ਤਾਂ ਸਾਨੂੰ ਤਾਂ ਪਤਾ ਲੱਗੂਗਾ ਨਾ ਜੇ ਬੈਂਕ ਤੋਂ ਅਸੀਂ ਰਿਕਾਰਡ ਮੰਗਾਂਗੇ, ਠੀਕ ਹੈ। ਤਾਂ ਨੋਰਮਲੀ ਤਾਂ ਪਾਸਬੁੱਕ ਦੀ ਆਪਾਂ ਗੱਲ ਕਰਦੇ ਹਾਂ, ਪਰ ਐਕਚੁਅਲ ਲਾਈਫ ਦੇ ਵਿੱਚ ਕੀ ਹੁੰਦਾ ਹੈ ਕਿ ਬੈਂਕ ਸਾਨੂੰ ਕੀ ਦਿੰਦਾ, ਇੱਕ ਸਟੇਟਮੈਂਟ ਦਿੰਦਾ, ਉਹਨੂੰ ਬੈਂਕ ਸਟੇਟਮੈਂਟ ਕਹਿ ਦਿੰਦੇ ਆਪਾਂ। ਇੱਕ ਬਿਜ਼ਨਸਮੈਨ ਜਿਹੜਾ ਨਾ ਉਹ ਬੈਂਕ ਦੇ ਵਿੱਚ ਜਾ ਕੇ ਸਟੇਟਮੈਂਟ ਮੰਗਦਾ ਹੁੰਦਾ ਕਿ ਭਾਈ ਮੇਰੀ ਇਸ ਮੰਥ ਦੀ ਕੀ ਦੇ ਦਿਓ, ਸਟੇਟਮੈਂਟ ਦੇ ਦਿਓ, ਠੀਕ ਹੈ। ਤਾਂ ਬੈਂਕ ਉਹਨੂੰ ਸਟੇਟਮੈਂਟ ਦੇ ਦਿੰਦਾ ਜਿਹਦੇ ਵਿੱਚ ਬੈਂਕ ਇਹ ਦੱਸਦਾ ਕਿ ਭਾਈ ਮੈਂ ਆਹ ਚੀਜ਼ਾਂ ਰਿਕਾਰਡ ਕੀਤੀਆਂ ਤੇਰੇ ਬਾਰੇ 'ਚ, ਠੀਕ। ਤਾਂ ਬਿਜ਼ਨਸਮੈਨ ਕੀ ਕਰਦਾ ਹੈਗਾ, ਉਹ ਸਟੇਟਮੈਂਟ ਨੂੰ ਚੈੱਕ ਕੇ ਆਪਣੇ ਬਿਜ਼ਨਸ ਦੇ ਵਿੱਚ ਲੈ ਕੇ ਆਉਂਦਾ, ਫਿਰ ਆਪਣੇ ਖਾਤੇ ਨਾਲ ਮੈਚ ਕਰਦਾ, ਫਿਰ ਕੈਸ਼ ਬੁੱਕ ਨਾਲ ਮੈਚ ਕਰਦਾ ਕਿ ਭਾਈ ਮੈਂ ਫਲਾਨੀ ਅਮਾਊਂਟ ਜਮ੍ਹਾਂ ਕਰਾਈ ਸੀ, ਕਿ ਬੈਂਕ ਨੇ ਕਰਤੀ ਹੈ, ਜੇ ਬੈਂਕ ਨੇ ਵੀ ਕਰਤੀ ਹੈ ਮੇਰੇ ਵੱਲੋਂ ਵੀ ਹੈਗੀ ਹੈ ਤਾਂ ਓਕੇ ਹੈ, ਕੋਈ ਦਿੱਕਤ ਨਹੀਂ ਹੈ। ਹੁਣ ਕੋਈ ਪੈਸਾ ਮੈਂ ਜਮ੍ਹਾਂ ਕਰਾ ਕੇ ਆਇਆ ਸੀ ਬੈਂਕ ਦੇ ਵਿੱਚ, ਪਰ ਉਹ ਸਟੇਟਮੈਂਟ 'ਚ ਕਿਤੇ ਲਿਖਿਆ ਹੀ ਨਹੀਂ ਹੋਇਆ, ਇਹਦਾ ਮਤਲਬ ਉਹ ਮੈਚ ਨਹੀਂ ਕਰ ਰਿਹਾ ਹੈਗਾ। ਉਹਨੂੰ ਆਪਾਂ ਸਰਕਲ ਕਰ ਲਾਂਗੇ ਕਿ ਭਾਈ ਇਹ ਚੀਜ਼ ਦੀ ਮੈਚਿੰਗ ਨਹੀਂ ਹੋ ਰਹੀ ਹੈ, ਜਾਂ ਕੋਈ ਆਪਾਂ ਕਿਸੇ ਨੂੰ ਚੈੱਕ ਕੱਟ ਕੇ ਦਿੱਤਾ ਸੀ, ਸਪੋਜ਼ ਕਰੋ ਚੈੱਕ ਇਸ਼ੂ ਕਰਕੇ ਦਿੱਤਾ ਸੀਗਾ, ਆਪਾਂ ਨੂੰ ਤਾਂ ਐਂ ਸੀਗਾ ਪੇਮੈਂਟ ਕਢਾ ਲੂਗਾ ਅਗਲਾ, ਉਹਨੇ ਪੇਮੈਂਟ ਹੀ ਨਹੀਂ ਕਢਾਈ, ਗਾਹ ਉਹ ਮੈਚ ਨਹੀਂ ਹੋ ਰਿਹਾ। ਤਾਂ ਮਤਲਬ ਇਹ ਹੈ ਕਿ ਜੇ ਐਗਜੈਕਟ ਟਾਈਮ 'ਤੇ ਜਾਂ ਟਾਈਮ ਰਹਿੰਦੇ ਹੀ ਸਾਨੂੰ ਪਤਾ ਲੱਗ ਜਾਵੇ ਕਿ ਭਾਈ ਕਿਸ ਰੀਜ਼ਨ ਕਰਕੇ ਇਹ ਬੈਲੈਂਸ ਆਪਸ ਦੇ ਵਿੱਚ ਮੈਚ ਨਹੀਂ ਕਰ ਰਿਹਾ ਸਾਡਾ, ਠੀਕ ਹੈ, ਸਾਡੀ ਕੈਸ਼ ਬੁੱਕ ਦਾ ਆਨਸਰ ਜਿਹੜਾ ਹੈਗਾ ਉਹ ਕੁਝ ਹੋਰ ਦਿੰਦਾ ਪਿਆ, ਸਾਡੇ ਹਿਸਾਬ ਨਾਲ ਸਾਡੇ ਬੈਂਕ ਦਾ ਬੈਲੈਂਸ ਕੁਝ ਹੋਰ ਹੋਣਾ ਚਾਹੀਦਾ, ਔਰ ਬੈਂਕ ਦੇ ਹਿਸਾਬ ਨਾਲ ਕੁਝ ਹੋਰ ਬੈਲੈਂਸ ਹੈਗਾ, ਤਾਂ ਉਹਨੂੰ ਮੈਚ ਕਰਨ ਵਾਸਤੇ ਕੀ ਬਣਾਇਆ ਜਾਂਦਾ, BRS ਬਣਾਈ ਜਾਂਦੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਮੇਨ ਜਿਹੜਾ ਹੈਗਾ ਇਹ ਸਮਝਣਾ ਕਿ BRS ਹੁੰਦੀ ਕੀ ਹੈ। ਤਾਂ ਸਿੰਪਲੀ ਉਹ ਕਹਿ ਰਿਹਾ ਕਿ ਸਟੇਟਮੈਂਟ ਹੁੰਦੀ ਹੈ,
ਠੀਕ ਹੈ, ਬੈਂਕ ਰੀਕਨਸੀਲੇਸ਼ਨ ਸਟੇਟਮੈਂਟ ਦੀ ਗੱਲ ਕਰ ਰਹੇ ਹਾਂ, ਕੋਈ ਅਕਾਊਂਟ ਨਹੀਂ ਹੈ ਜਿਹਦਾ ਡੈਬਿਟ ਕ੍ਰੈਡਿਟ ਹੋਵੇ, ਠੀਕ ਹੈ, ਇਹ ਜਸਟ ਕੀ ਹੈ, ਇੱਕ ਸਟੇਟਮੈਂਟ ਹੈ, ਠੀਕ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਰੀਜ਼ਨ ਲਿਖਦੇ ਹਾਂ ਜਾਂ ਉਹ ਰੀਜ਼ਨ ਲੱਭਦੇ ਹੈਗੇ ਆ ਜਿਹਦੇ ਕਰਕੇ ਆਪਸ ਦੇ ਵਿੱਚ ਮੈਚ ਨਹੀਂ ਹੋ ਰਿਹਾ, ਕੈਸ਼ ਬੁੱਕ ਦਾ ਬੈਲੈਂਸ ਤੇ ਪਾਸਬੁੱਕ ਦਾ ਬੈਲੈਂਸ ਆਪਸ ਦੇ ਵਿੱਚ ਕਿੰਨਾ ਰੀਜ਼ਨਸ ਦੇ ਕਰਕੇ ਮੈਚ ਨਹੀਂ ਹੋ ਰਿਹਾ, ਉਹਨਾਂ ਰੀਜ਼ਨਸ ਨੂੰ ਲੱਭਣ ਵਾਸਤੇ ਆਪਾਂ ਕੀ ਕਰਦੇ ਹਾਂ, BRS ਤਿਆਰ ਕਰਦੇ ਹਾਂ, ਠੀਕ। ਤਾਂ ਰੀਜ਼ਨ ਕੀ ਹੈਗੇ ਆ, ਕੌਜ਼ਿਸ ਆਫ ਡਿਫਰੈਂਸ ਬਿਟਵੀਨ ਬੈਲੈਂਸ ਆਫ ਕੈਸ਼ ਬੁੱਕ ਐਂਡ ਪਾਸਬੁੱਕ, ਕਿ ਬਈ ਰੀਜ਼ਨ ਕੀ ਹੈ, ਡਿਫਰੈਂਸ ਕਿਉਂ ਮੈਚ ਨਹੀਂ ਆਪਣਾ, ਡਿਫਰੈਂਸ ਕਿਉਂ ਆਉਂਦਾ ਹੈਗਾ ਕੈਸ਼ ਬੁੱਕ ਅਤੇ ਪਾਸਬੁੱਕ ਦੇ ਬੈਲੈਂਸ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਉਸਨੇ ਆਪਾਂ ਨੂੰ ਦੱਸਿਆ, ਉਹਨੇ ਕਿਹਾ ਕਿ ਤੁਸੀਂ ਚੈੱਕ ਇਸ਼ੂ ਕਰਤਾ, ਚੈੱਕ ਇਸ਼ੂਡ ਬਟ ਨਾਟ ਪ੍ਰੈਜੈਂਟਡ ਫੋਰ ਪੇਮੈਂਟ। ਹੁਣ ਦੇਖੋ, ਆਹ ਤੁਹਾਡੀ ਕੈਸ਼ ਬੁੱਕ ਹੈ, ਆਹ ਤੁਹਾਡੀ ਪਾਸਬੁੱਕ ਹੈ। ਹੁਣ ਤੁਸੀਂ ਕਿਸੇ ਨੂੰ ਚੈੱਕ ਇਸ਼ੂ ਕੀਤਾ, ਇਹਦਾ ਮਤਲਬ ਆਪਾਂ ਚੈੱਕ ਕੱਟ ਕੇ ਦੇਤਾ ਕਿਸੇ ਨੂੰ, ਪੈਸੇ ਦੇਣੇ ਸੀ ਕਿਸੇ ਦੇ, ਉਹਨੂੰ ਚੈੱਕ ਕੱਟ ਕੇ ਦੇਤਾ। ਹੁਣ ਹੋਇਆ ਕੀ ਐਕਚੁਅਲ ਦੇ ਵਿੱਚ, ਆਪਾਂ ਤਾਂ ਚੈੱਕ ਕੱਟ ਕੇ ਦੇਤਾ, ਆਪਾਂ ਤਾਂ ਆਪਣੇ ਕੋਲ ਕੈਸ਼ ਬੁੱਕ ਦੇ ਵਿੱਚ ਕੀ ਕਰ ਲਿਆ, ਉਸਨੂੰ ਮਾਈਨਸ ਕਰ ਲਿਆ ਕਿ ਭਾਈ ਪੈਸੇ ਚੱਲੇ ਗਏ ਸਾਡੇ ਵੱਲੋਂ। ਬਟ ਉਸ ਬੰਦੇ ਨੇ ਉਹ ਚੈੱਕ ਪ੍ਰੈਜੈਂਟ ਹੀ ਨਹੀਂ ਕੀਤਾ ਬੈਂਕ ਦੇ ਕੋਲ, ਜੇਬ 'ਚ ਲੈ ਕੇ ਘੁੰਮ ਰਿਹਾ। ਇਹਦਾ ਮਤਲਬ ਇਹ ਹੈ ਕਿ ਬੈਂਕ ਦੇ ਵਿੱਚ ਸਾਡੇ ਪੈਸੇ ਹਲੇ ਵੀ ਪਏ ਨੇ, ਠੀਕ ਹੈ। ਬੈਂਕ ਨੇ ਸਾਡੇ ਪੈਸੇ ਕਦੋਂ ਕੱਢ ਕੇ ਦੇਣੇ ਆ, ਜਦੋਂ ਅਗਲਾ ਬੰਦਾ ਚੈੱਕ ਲੈ ਕੇ ਪਹੁੰਚੂਗਾ ਉੱਥੇ, ਠੀਕ ਹੈ। ਉਹ ਬੰਦਾ ਪਹੁੰਚੇ ਨਹੀਂ ਹੈ ਤਾਂ ਕੀ ਹੋਇਆ, ਮਿਸਮੈਚ ਹੋ ਗਿਆ ਨਾ, ਸਾਡੇ 'ਚ ਬੈਲੈਂਸ ਘੱਟ ਨਜ਼ਰ ਆ ਰਿਹਾ ਹੋਊਗਾ ਔਰ ਪਾਸਬੁੱਕ ਦੇ ਵਿੱਚ ਜ਼ਿਆਦਾ ਨਜ਼ਰ ਆ ਰਿਹਾ ਹੋਊਗਾ, ਕਿਉਂਕਿ ਤੁਸੀਂ ਪੈਸੇ ਨਿਕਲੇ ਨਹੀਂ ਗਏ, ਤਾਂ ਇੱਕ ਰੀਜ਼ਨ ਬਣ ਗਿਆ। ਦੂਸਰਾ ਰੀਜ਼ਨ ਕੀ ਹੈ, ਚੈੱਕ ਡਿਪੋਜ਼ਿਟਡ ਇਨਟੂ ਬੈਂਕ ਬਟ ਨਾਟ ਕ੍ਰੈਡਿਟਡ ਬਾਏ ਬੈਂਕ। ਹੁਣ ਦੇਖੋ, ਜਿਵੇਂ ਆਪਾਂ ਚੈੱਕ ਲਾ ਕੇ ਆਉਂਦੇ ਹਾਂ ਤਾਂ ਤੁਹਾਡੇ ਬੈਂਕ ਦਾ ਇੱਕ ਪ੍ਰੋਸੀਜਰ ਹੁੰਦਾ, ਹਰੇਕ ਦਾ ਡਰੋਪ ਬਾਕਸ ਲੱਗੇ ਹੁੰਦੇ ਆ ਹਰੇਕ ਬੈਂਕ ਦੇ ਵਿੱਚ, ਚੈੱਕ ਡਰੋਪ ਬਾਕਸ। ਤਾਂ ਮੈਂ ਜੇਕਰ ਮੰਨ ਲਓ ਆਪਣੇ ਬੈਂਕ ਦੇ ਵਿੱਚ ਚਲਾ ਗਿਆ ਔਰ ਉੱਥੇ ਜਾ ਕੇ ਕੋਈ ਚੈੱਕ ਜਿਹੜਾ ਹੈਗਾ ਉਹ ਡਰੋਪ ਬਾਕਸ ਦੇ ਵਿੱਚ ਪਾਤਾ, ਠੀਕ। ਹੁਣ ਉਹ ਚੈੱਕ ਕੀ ਪਤਾ ਕਿਹੜੇ ਬੈਂਕ ਦਾ, ਮੰਨ ਲਓ ਤੁਹਾਡਾ ਬੈਂਕ ਤਾਂ ਹੈਗਾ PNB, ਹੈ ਨਾ, ਤਾਂ ਮੈਂ ਆਪਣਾ ਖਾਤਾ ਕਿੱਥੇ ਖੁਲਵਾਇਆ ਹੋਇਆ, PNB 'ਚ ਖੁਲਵਾਇਆ ਹੋਇਆ, ਠੀਕ। ਤਾਂ ਮੈਨੂੰ ਚੈੱਕ ਮਿਲ ਗਿਆ ਸਪੋਜ਼ ਕਰੋ ਐਕਸਿਸ ਬੈਂਕ ਦਾ, ਹੁਣ ਮੈਂ ਆਪਣੇ PNB ਦੀ ਬ੍ਰਾਂਚ ਦੇ ਵਿੱਚ ਗਿਆ ਔਰ ਡਰੋਪ ਬਾਕਸ 'ਚ ਪਾਤਾ, ਠੀਕ। ਹੁਣ ਬੈਂਕ ਕੀ ਕਰਦਾ ਹੈਗਾ, ਸ਼ਾਮ ਨੂੰ ਜਾਂ ਦੁਪਹਿਰੇ ਜੋ ਵੀ ਟਾਈਮਿੰਗ ਹੈਗੀ ਹੈ ਉਹਨਾਂ ਦੀ, ਉਹ ਡਰੋਪ ਬਾਕਸ ਨੂੰ ਖੋਲਦਾ ਹੈ ਔਰ ਦੇਖਦੇ ਕਿ ਭਾਈ ਉਹਦੇ ਵਿੱਚ ਕਿਹੜੇ ਕਿਹੜੇ ਚੈੱਕ ਆਏ ਹੋਏ ਆ, ਉਹਨੂੰ ਫਿਰ ਰਜਿਸਟਰ 'ਚ ਨੋਟ ਕਰਦਾ ਉਹ ਸਾਰਾ, ਹੈ ਨਾ। ਫਿਰ ਉਹ ਚੈੱਕ ਭੇਜੇ ਜਾਂਦੇ ਉਹਨਾਂ ਬੈਂਕਾਂ 'ਚ ਕਲੀਅਰ ਹੋਣ ਵਾਸਤੇ, ਠੀਕ ਹੈ। ਉਹ ਚੈੱਕ ਜਾਊਗਾ ਉਹ ਜਿਸ ਖਾਤੇ ਦਾ ਸੀਗਾ, ਉਹ ਬੈਂਕ ਉਹਨਾਂ ਖਾਤਿਆਂ ਨੂੰ ਚੈੱਕ ਕਰੂਗਾ, ਜੇ ਉਹ ਸਭ ਕੁਝ ਓਕੇ ਆ, ਸਾਈਨ ਮੈਚ ਕਰਦੇ ਆ, ਕੋਈ ਕਟਿੰਗ ਨਹੀਂ ਹੈ, ਅਮਾਊਂਟ ਹੈਗੀ ਆ ਸਫੀਸ਼ੀਐਂਟ, ਸਾਰੀ ਕੰਡੀਸ਼ਨਾਂ ਜੇਕਰ ਪੂਰੀਆਂ ਹੈਗੀਆਂ, ਤਾਂ ਉਹ ਬੈਂਕ ਕੀ ਕਰੂਗਾ, ਕਲੀਅਰ ਕਰ ਦੂਗਾ ਚੈੱਕ, ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟ ਕੇ ਉਹ ਸਾਡੇ ਬੈਂਕ ਨੂੰ ਭੇਜ ਦੂਗਾ ਔਰ ਸਾਡਾ ਬੈਂਕ ਜਿਹੜਾ ਹੈਗਾ ਉਹ ਸਾਡੇ ਖਾਤੇ ਦੇ ਵਿੱਚ ਕੀ ਕਰ ਦੂਗਾ, ਫਿਰ ਜਮ੍ਹਾਂ ਕਰ ਦੂਗਾ। ਇੱਕ ਲੰਬਾ ਪ੍ਰੋਸੈਸ ਪੈ ਜਾਂਦਾ, ਇੱਕ ਦਿਨ ਦਾ ਟਾਈਮ, ਦੋ ਦਿਨ ਦਾ ਟਾਈਮ ਲੱਗ ਜਾਂਦਾ ਉਹਦੇ ਵਿੱਚ, ਹੈ ਨਾ। ਤਾਂ ਉਸ ਟਾਈਮ ਦੇ ਦੌਰਾਨ ਜਿਵੇਂ ਆਪਾਂ ਕੈਸ਼ ਬੁੱਕ ਦੀ ਗੱਲ ਕਰੀਏ, ਤਾਂ ਆਪਾਂ ਤਾਂ ਆ ਕੇ ਨਾਲ ਦੇ ਨਾਲ ਹੀ ਲਿਖ ਲੈਂਦੇ ਨਾ ਕਿ ਅੱਜ ਆਪਾਂ ਚੈੱਕ ਲਾਇਆ ਹੈ ਬਈ, ਆਪਾਂ ਤਾਂ ਕੈਸ਼ ਬੁੱਕ 'ਚ ਲਿਖ ਲਿਆ, ਬਟ ਪਤਾ ਲੱਗਿਆ ਕਿ ਬੈਂਕ ਨੇ ਹਲੇ ਉਹ ਤੁਹਾਡੇ ਖਾਤੇ 'ਚ ਜਮ੍ਹਾਂ ਹੀ ਨਹੀਂ ਕੀਤਾ, ਕਿਉਂਕਿ ਟਾਈਮ ਗੈਪ ਪੈ ਰਿਹਾ ਹੈਗਾ ਉਹਦੇ ਵਿੱਚ, ਤਾਂ ਬੈਂਕ ਦੇ ਵਿੱਚ ਉਹ ਪੈਸਾ ਤੁਹਾਡਾ ਜਮ੍ਹਾਂ ਨਹੀਂ ਹੋਇਆ, ਪਾਸਬੁੱਕ 'ਚ ਕੀ ਹੈ, ਮਾਈਨਸ ਹੈ, ਠੀਕ, ਮਿਸਮੈਚ ਹੋ ਜਾਏਗਾ। ਬੈਂਕ ਚਾਰਜਿਸ, ਡੈਬਿਟਡ ਔਰ ਚਾਰਜਡ ਬਾਏ ਬੈਂਕ। ਹੁਣ ਬੈਂਕ ਨੇ ਜਦੋਂ ਕੋਈ ਖਰਚਾ ਕੱਟਣਾ ਹੁੰਦਾ ਹੈਗਾ ਕਿਸੇ ਦੇ ਖਾਤੇ 'ਚੋਂ ਕੱਟ ਲੈਂਦਾ, ਠੀਕ ਹੈ, ਔਰ ਉਹਦੀ ਇੰਟੀਮੇਸ਼ਨ, ਅੱਜ ਕੱਲ੍ਹ ਤਾਂ ਚਲੋ ਠੀਕ ਹੈ ਕਿ ਮਤਲਬ ਮੈਸੇਜ ਵਗੈਰਾ ਆ ਜਾਂਦੇ ਹੈਗੇ, ਪਤਾ ਲੱਗ ਜਾਂਦਾ ਕਿ ਭਈ ਇਹ ਕੱਟੇ ਗਏ ਆ, ਅਦਰਵਾਈਜ਼ ਜੇਕਰ ਸਿੰਪਲੀ ਆਪਾਂ ਦੇਖ ਕੇ ਚੱਲੀਏ ਤਾਂ ਬੈਂਕ ਕੀ ਕਰਦਾ, ਇੱਕ ਇੰਟੀਮੇਸ਼ਨ ਦਿੰਦਾ ਹੁੰਦਾ ਕਿ ਭਾਈ ਤੁਹਾਡੇ ਪੈਸੇ ਜਿਹੜੇ ਹੈਗੇ ਕੱਟ ਚੁੱਕੇ ਆ, ਠੀਕ। ਤਾਂ ਬੈਂਕ ਨੇ ਬੈਂਕ ਚਾਰਜਿਸ ਕੱਟਤੇ ਆਪਣੇ ਖਾਤੇ 'ਚੋਂ, ਬੈਂਕ ਨੇ ਤਾਂ ਨਾਲ ਦੇ ਨਾਲ ਹੀ ਮਾਈਨਸ ਕਰ ਦੇਣੇ ਸਾਡੇ ਖਾਤੇ 'ਚੋਂ, ਪਾਸਬੁੱਕ 'ਚ ਤਾਂ ਮਾਈਨਸ ਹੋ ਗਏ, ਆਪਾਂ ਨੂੰ ਪਤਾ ਨਹੀਂ ਹਲੇ, ਸਪੋਜ਼ ਕਰੋ ਉਸ ਬਾਰੇ ਆਪਾਂ ਮਾਈਨਸ ਨਹੀਂ ਕੀਤੇ ਹੋਏ, ਤਾਂ ਸਾਡੇ ਕੋਲ ਤਾਂ ਸਾਡੇ ਹਿਸਾਬ ਨਾਲ ਜਮ੍ਹਾਂ ਹੀ ਨੇ ਪੈਸੇ, ਕਲੀਅਰ। ਚੌਥਾ ਰੀਜ਼ਨ, ਇੰਟਰਸਟ
credited by bank. ਸਾਡਾ ਜੋ ਬੈਲੈਂਸ ਪਿਆ ਸੀ ਬੈਂਕ ਦੇ ਵਿੱਚ ਉਹਦੇ ਉੱਤੇ ਸਾਨੂੰ ਕੀ ਮਿਲ ਗਿਆ? ਵਿਆਜ ਮਿਲ ਗਿਆ। ਬੈਂਕ ਨੇ ਸਾਡੇ ਖਾਤੇ ਦੇ ਵਿੱਚ ਕੀ ਕਰਤਾ? ਵਿਆਜ ਦਾ ਪੈਸਾ ਜਮ੍ਹਾਂ ਕਰਤਾ। ਸਾਨੂੰ ਪਤਾ ਨਹੀਂ, ਸਾਨੂੰ ਇੰਟੀਮੇਸ਼ਨ ਨਹੀਂ ਮਿਲੀ ਉਹਦੀ, ਅਸੀਂ ਤਾਂ ਨਹੀਂ ਜੋੜਿਆ ਨਾ ਉਹ ਪੈਸਾ। ਤਾਂ ਸਾਡੀ ਕੈਸ਼ਬੁੱਕ ਦੇ ਵਿੱਚ ਕੀ ਹੈ? ਘੱਟ ਨੇ। ਪਾਸਬੁੱਕ ਦੇ ਵਿੱਚ ਕੀ ਹੋ ਗਈ? ਜ਼ਿਆਦਾ ਹੋ ਗਈ ਅਮਾਊਂਟ। ਠੀਕ, ਮਿਸਮੈਚ ਹੋ ਗਿਆ। ਉਸ ਤੋਂ ਇਲਾਵਾ ਇੰਟਰਸਟ ਚਾਰਜ ਔਰ ਡੈਬਿਟਡ ਬਾਏ ਬੈਂਕ ਔਨ ਓਵਰ ਡਰਾਫਟ ਬੈਲੈਂਸ। ਠੀਕ ਹੈ, ਤਾਂ ਬੈਂਕ ਦਾ ਜਿਹੜਾ ਬੈਲੈਂਸ ਹੈ ਉਹ ਓਵਰ ਡਰਾਫਟ ਵੀ ਹੋ ਸਕਦਾ। ਔਰ ਓਵਰ ਡਰਾਫਟ ਦਾ ਮਤਲਬ ਕੀ ਹੈ ਕਿ ਬਈ ਬੈਂਕ ਨੇ ਸਾਨੂੰ ਫੈਸਿਲਿਟੀ ਦਿੱਤੀ ਹੋਈ ਹੈ ਔਰ ਅਸੀਂ ਬੈਂਕ ਦਾ ਪੈਸਾ ਯੂਜ਼ ਕੀਤਾ, ਤਾਂ ਬੈਂਕ ਸਾਨੂੰ ਵਿਆਜ ਥੋੜ੍ਹੀ ਦਊਗਾ ਉਸ 'ਤੇ, ਸਗੋਂ ਲਊਗਾ ਸਾਡੇ ਤੋਂ ਵਿਆਜ। ਤਾਂ ਬੈਂਕ ਨੇ ਕੀ ਕੀਤਾ? ਇੰਟਰਸਟ ਦਾ ਪੈਸਾ ਡੈਬਿਟ ਕਰਤਾ ਜਾਂ ਚਾਰਜ ਕਰ ਲਿਆ ਸਾਡੇ ਖਾਤੇ 'ਚੋਂ। ਤਾਂ ਬੈਂਕ ਨੇ ਮਾਈਨਸ ਕਰਤਾ ਸਾਡੇ ਖਾਤੇ 'ਚੋਂ, ਪਾਸਬੁੱਕ 'ਚ ਮਾਈਨਸ ਹੋ ਗਿਆ ਪੈਸਾ। ਆਪਾਂ ਨੂੰ ਪਤਾ ਨੀਗਾ ਆਪਾਂ ਮਾਈਨਸ ਨਹੀਂ ਕੀਤਾ, ਤਾਂ ਸਾਡੇ ਕੋਲ ਤਾਂ ਜਮ੍ਹਾਂ ਹੀ ਆ। ਛੇਵਾਂ ਰੀਜ਼ਨ, ਅਮਾਊਂਟ ਡਾਇਰੈਕਟਲੀ ਕੋਲੈਕਟਡ ਬਾਏ ਬੈਂਕ। ਠੀਕ ਹੈ, ਅੱਜ ਕੱਲ੍ਹ ਜਿਵੇਂ ਸਿੰਪਲੀ ਚੱਲਦਾ ਹੈਗਾ, ਆਪਾਂ ਕਿਤੋਂ ਵੀ ਪੇਮੈਂਟ ਆਉਣੀ ਹੁੰਦੀ ਹੈਗੀ ਹੈ ਤਾਂ ਆਪਾਂ ਬੈਂਕ ਦੇ ਨਾਲ ਅਟੈਚ ਕਰ ਦਿੰਦੇ ਹਾਂ ਉਸਨੂੰ। ਠੀਕ ਹੈ, ਤਾਂ ਡਾਇਰੈਕਟਲੀ ਪੇਮੈਂਟ ਕਿੱਥੇ ਆ ਜਾਂਦੀ ਹੈ? ਬੈਂਕ 'ਚ ਆ ਜਾਂਦੀ ਹੈ ਔਰ ਸਾਨੂੰ ਬਾਅਦ 'ਚ ਇੰਟੀਮੇਸ਼ਨ ਮਿਲਦੀ ਹੁੰਦੀ ਹੈ ਉਸਦੀ। ਤਾਂ ਕੀ ਹੋਇਆ ਕਿ ਅਮਾਊਂਟ ਜਿਹੜੀ ਸੀ ਨਾ ਬੈਂਕ ਨੇ ਡਾਇਰੈਕਟਲੀ ਕੁਲੈਕਟ ਕਰ ਲਈ, ਤਾਂ ਕੁਲੈਕਟ ਕਰਕੇ ਤੁਹਾਡੇ ਖਾਤੇ 'ਚ ਉਹਨੇ ਜਮ੍ਹਾਂ ਵੀ ਕਰਤੀ, ਤਾਂ ਪਾਸਬੁੱਕ 'ਚ ਤਾਂ ਜਮ੍ਹਾਂ ਹੋ ਗਈ। ਆਪਾਂ ਨੂੰ ਇੰਟੀਮੇਸ਼ਨ ਨਹੀਂ ਮਿਲੀ ਹਲੇ, ਤਾਂ ਆਪਾਂ ਜਮ੍ਹਾਂ ਨਹੀਂ ਕੀਤੀ, ਯਾਨੀ ਸਾਡੇ ਕੋਲ ਘੱਟਦੇ ਨੇ ਪੈਸੇ ਪਰ ਬੈਂਕ 'ਚ ਜਮ੍ਹਾਂ। ਉਸ ਤੋਂ ਇਲਾਵਾ ਅਮਾਊਂਟ ਡਾਇਰੈਕਟਲੀ ਪੇਡ ਬਾਏ ਬੈਂਕ। ਆਪਾਂ ਕੋਈ ਵੀ ਪੇਮੈਂਟ ਕਰਨੀ ਹੈ, ਲਾਈਫ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਨਾ ਹੈਗਾ ਜਾਂ ਸਪੋਜ਼ ਕਰੋ ਕਿਸੇ ਕਸਟਮਰ ਨੂੰ ਨਾ ਕਿਸੇ ਸਪਲਾਇਰ ਨੂੰ ਪੇਮੈਂਟ ਕਰਨੀ ਹੈਗੀ ਹੈ, ਠੀਕ ਹੈ, ਤਾਂ ਆਪਾਂ ਬੈਂਕ ਨੂੰ ਮਤਲਬ ਕਹਿ ਰੱਖਿਆ ਹੈਗਾ, ਇੰਸਟਰਕਸ਼ਨ ਦੇ ਰੱਖੀ ਹੈਗੀ ਹੈ, ਅਤੇ ਬੈਂਕ ਨੇ ਚੱਕ ਕੇ ਸਾਡੇ ਖਾਤੇ ਦੇ ਵਿੱਚੋਂ ਕੀ ਕਰਤਾ? ਉਹ ਪੈਸਾ ਜਮ੍ਹਾਂ ਕਰਾਤਾ। ਠੀਕ ਹੈ, ਕੋਈ ਇਲੈਕਟ੍ਰਿਸਿਟੀ ਬਿੱਲ ਪੇ ਕਰਨਾ, ਟੈਲੀਫੋਨ ਬਿੱਲ ਪੇ ਕਰਨਾ, ਕੁਛ ਵੀ, ਤਾਂ ਬੈਂਕ ਨੇ ਕੀ ਕੀਤਾ? ਸਿੱਧਾ ਸਾਡੇ ਖਾਤੇ 'ਚੋਂ ਮਾਈਨਸ ਕਰਤੇ ਪੈਸੇ। ਸਾਨੂੰ ਇੰਟੀਮੇਸ਼ਨ ਨਹੀਂ ਮਿਲੀ, ਸਾਡੇ ਹਿਸਾਬ ਨਾਲ ਤਾਂ ਜੁੜੇ ਪਏ ਆ ਪੈਸੇ। ਠੀਕ ਹੈ, ਉਸ ਤੋਂ ਇਲਾਵਾ ਡਿਸਓਨਰ ਆਫ ਚੈੱਕ। ਹੁਣ ਡਿਸਓਨਰ ਆਫ ਚੈੱਕ ਤਾਂ ਕਿਸੇ ਵੀ ਕੇਸ 'ਚ ਹੋ ਸਕਦਾ ਨਾ, ਹੋ ਸਕਦਾ ਉਹ ਚੈੱਕ ਤੁਸੀਂ ਇਸ਼ੂ ਕੀਤਾ ਸੀ, ਹੋ ਸਕਦਾ ਉਹ ਚੈੱਕ ਰਿਸੀਵ ਕੀਤਾ ਸੀਗਾ। ਸਪੋਜ਼ ਕਰੋ ਕਿ ਉਹ ਚੈੱਕ ਜਿਹੜਾ ਸੀਗਾ ਉਹ ਤੁਸੀਂ ਰਿਸੀਵ ਕੀਤਾ ਸੀਗਾ ਕਿਸੇ ਤੋਂ। ਮੈਂ ਕਿਸੇ ਤੋਂ ਚੈੱਕ ਫੜਿਆ ਸੀਗਾ, ਮੈਂ ਪੈਸੇ ਲੈਣੇ ਸੀ, ਮੈਂ ਚੈੱਕ ਫੜ ਲਿਆ ਕਿਸੇ ਤੋਂ ਪਰ ਚੱਕ ਕੇ ਬੈਂਕ 'ਚ ਲਾਇਆ, ਤਾਂ ਮੈਂ ਤਾਂ ਜਮ੍ਹਾਂ ਕਰਤਾ ਸੀ ਬੈਂਕ ਦੇ ਵਿੱਚ। ਠੀਕ ਹੈ, ਤਾਂ ਮੇਰੇ ਹਿਸਾਬ ਨਾਲ ਤਾਂ ਜਮ੍ਹਾਂ, ਬਟ ਉਹ ਚੈੱਕ ਕੀ ਹੋ ਗਿਆ? ਡਿਸਓਨਰ ਹੋ ਗਿਆ। ਤਾਂ ਬੈਂਕ ਨੇ ਤਾਂ ਜਮ੍ਹਾਂ ਨਹੀਂ ਕੀਤਾ ਨਾ ਉਹ ਪੈਸਾ ਮੇਰੇ ਖਾਤੇ 'ਚ, ਲੇਕਿਨ ਮੇਰੇ ਹਿਸਾਬ ਨਾਲ ਉਹ ਜਮ੍ਹਾਂ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਡਿਸਓਨਰ ਹੋ ਗਿਆ ਉਹ, ਮੈਨੂੰ ਇੰਟੀਮੇਸ਼ਨ ਬਾਅਦ 'ਚ ਮਿਲੂਗੀ ਹਲੇ। ਠੀਕ ਹੈ, ਔਰ ਉਸੇ ਤਰੀਕੇ ਨਾਲ ਜੇਕਰ ਇਹੀ ਚੈੱਕ ਅਸੀਂ ਇਸ਼ੂ ਕੀਤਾ ਹੁੰਦਾ, ਆਪਾਂ ਕਿਸੇ ਨੂੰ ਪੇਮੈਂਟ ਕਰਨੀ ਸੀ, ਚੈੱਕ ਕੱਟ ਕੇ ਦੇਤਾ ਸੀ ਮੰਨ ਲਓ, ਠੀਕ ਹੈ, ਪਰ ਪਤਾ ਲੱਗਿਆ ਉਹ ਚੈੱਕ ਡਿਸਓਨਰ ਹੋ ਗਿਆ, ਯਾਨੀ ਬੈਂਕ ਨੇ ਸਾਡੇ ਖਾਤੇ 'ਚੋਂ ਪੈਸੇ ਕੱਢੇ ਹੀ ਨਹੀਂ ਗਏ, ਸਾਡੇ ਸਾਈਨ ਨਹੀਂ ਮੈਚ ਕੀਤੇ ਸਪੋਜ਼ ਕਰੋ। ਠੀਕ ਹੈ, ਤਾਂ ਪੇਮੈਂਟ ਕਲੀਅਰ ਕੀਤੀ ਨਹੀਂ ਬੈਂਕ ਨੇ, ਤਾਂ ਬੈਂਕ ਦੇ ਵੀ ਸਾਡਾ ਪੈਸਾ ਜਮ੍ਹਾਂ, ਬਟ ਅਸੀਂ ਕੈਸ਼ ਬੁੱਕ 'ਚ ਕੀ ਲਿਖੀ ਬੈਠੇ ਹਾਂ? ਮਾਈਨਸ, ਕਿ ਸਾਡੇ ਵੱਲੋਂ ਤਾਂ ਆਇਆ ਸੀਗਾ ਆਪਾਂ ਚੈੱਕ ਕੱਢ ਕੇ ਦਿੱਤਾ, ਤਾਂ ਪੈਸੇ ਮਾਈਨਸ ਹੋ ਗਏ ਹੋਣਗੇ ਬੈਂਕ 'ਚੋਂ। ਠੀਕ, ਉਸ ਤੋਂ ਇਲਾਵਾ ਹੋ ਸਕਦਾ ਜੇਕਰ ਆਪਾਂ ਨੂੰ ਟਾਈਮਲੀ ਇੰਟੀਮੇਸ਼ਨ ਮਿਲ ਗਈ ਹੈ, ਠੀਕ ਹੈ ਨਾ, ਫਿਰ ਤਾਂ ਦੋਨੋਂ ਪਾਸੇ ਕਰੈਕਟ ਹੈ, ਫਿਰ ਤਾਂ ਮਿਸਮੈਚ ਹੋਇਆ ਹੀ ਨੀਗਾ। ਠੀਕ ਹੈ ਨਾ, ਜੇ ਲੇਟ ਇੰਟੀਮੇਸ਼ਨ ਮਿਲਦੀ ਹੈ ਨਾ ਫਿਰ ਮਿਸਮੈਚ ਹੋਏਗਾ। ਹੁਣੇ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਕਿ ਜਦੋਂ BRS ਬਣਾਉਂਦੇ ਤਾਂ ਇੱਕ ਪਰਟੀਕੁਲਰ ਡੇਟ ਨੂੰ ਬਣਾਉਂਦੇ ਆਪਾਂ ਬੈਠ ਕੇ, ਠੀਕ ਹੈ, ਤਾਂ ਉਹ ਡੇਟ ਸਾਡੇ ਵਾਸਤੇ ਮਾਇਨੇ ਰੱਖੂਗੀ, ਸਾਨੂੰ ਇੰਟੀਮੇਸ਼ਨ ਉਸ ਡੇਟ ਤੋਂ ਪਹਿਲਾਂ ਮਿਲੀ ਹੈ ਜਾਂ ਉਸ ਡੇਟ ਤੋਂ ਬਾਅਦ ਮਿਲੀ ਹੈ, ਉਹਦੇ ਅਕੋਰਡਿੰਗ ਆਪਾਂ ਟ੍ਰੀਟਮੈਂਟ ਕਰਾਂਗੇ। ਠੀਕ ਹੈ, ਉਸ ਤੋਂ ਇਲਾਵਾ ਹੋਰ ਕੀ ਰੀਜ਼ਨ ਹੋ ਸਕਦਾ? ਕੋਈ ਵੀ ਐਰਰ ਹੋ ਸਕਦੀ ਹੈ, ਕੋਈ ਵੀ ਓਮਿਸ਼ਨ ਹੋ ਸਕਦੀ ਹੈ,
ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਸਕਦੀ ਹੈ, ਕਿਸੇ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਸਕਦੀ ਹੈ, ਸਾਡੇ ਐਂਡ ਤੋਂ ਵੀ ਹੋ ਸਕਦੀ ਹੈ, ਬੈਂਕ ਦੇ ਐਂਡ ਤੋਂ ਵੀ ਹੋ ਸਕਦੀ ਹੈ, ਠੀਕ ਹੈ ਕਿ ਨਹੀਂ? ਤਾਂ ਉਹ ਤਾਂ ਡਿਪੈਂਡ ਕਰੇਗਾ ਸਿਚੁਏਸ਼ਨ ਦੇ ਉੱਤੇ ਕਿ ਭਾਈ ਕਿੱਥੇ ਪਲੱਸ ਹੈ ਅਤੇ ਕਿੱਥੇ ਮਾਈਨਸ ਹੈ, ਠੀਕ ਹੈ? ਤਾਂ ਮਤਲਬ ਇਹ ਸਾਰੇ ਮਿਸਮੈਚ ਦੇ ਕੀ ਹੈ, ਰੀਜ਼ਨ ਹੈ ਜਿਹਦੇ ਕਰਕੇ ਸਾਨੂੰ ਰੀਕਨਸੀਲੇਸ਼ਨ ਸਟੇਟਮੈਂਟ ਬਣਾਉਣੀ ਪੈਂਦੀ ਹੈ। ਠੀਕ।